ਪਰ ਮਾਤਮਾ ਨਾਲ ਆਪਣੇ ਆਪ ਨੂੰ ਜੋੜ ਕੇ ਜ਼ਿੰਦਗੀ ਐਖੋ ਜੇ ਢੰਗ ਨਾਲ ਅਸੀਂ ਜੀਵੀਏ ਵੀ ਅਸੀਂ ਸੁਖੀ ਵਸੀਏ ਖੁਸ਼ ਰਹੀਏ ਹੋਇਆ ਬਿਲਕੁਲ ਇਹਦੇ ਉਲਟ ਹੈ ਜਨਮ ਤੋਂ ਲੈ ਕੇ ਮੌਤ ਤੱਕ ਦੋ ਚੀਜ਼ਾਂ ਬੰਦੇ ਨੂੰ ਮਹਾਰਾਜ ਕਹਿੰਦੇ ਸਤਾਉਂਦੀਆਂ ਨੇ ਇੱਕ ਹਰ ਬੰਦੇ ਦੇ ਅੰਦਰ ਲਗਾਤਾਰ ਖਾਸ਼ਾ ਨੇ ਦੂਸਰਾ ਉਹਨਾਂ ਖਾਸ਼ਾ ਨੂੰ ਪੂਰੀਆਂ ਕਿਵੇਂ ਕਰਨਾ ਹੈ ਦੋ ਕੰਮਾਂ ਤੇ ਜ਼ਿੰਦਗੀ ਸਾਰੀ ਲੰਘ ਜਾਂਦੀ ਹੈ ਮਰਨ ਤੱਕ ਹੁਣ ਤੁਸੀਂ ਬੱਚੇ ਹੋ ਅਜੇ ਵੀ ਸਾਡੀ ਖਾਸ਼ ਤੇਨ ਪੂਰਿਆਂ ਕਿਵੇਂ ਕਰਨਾ ਹੈ ਮੇਰੀ ਉਮਰ ਐਸ ਵਿੱਚ ਵੀ ਖਾਸ਼ ਤੇ ਉਹਨੂੰ ਪੂਰਿਆਂ ਕਿਵੇਂ ਕਰਨਾ ਕੋਈ 100 ਸਾਲ ਦਾ ਵੀ ਖੋ ਜਾਈ ਉਹਨੂੰ ਨਾ ਗੁਰਬਾਣੀ ਵਿੱਚ ਮਹਾਰਾਜ ਜੀ ਕਹਿੰਦੇ ਨੇ ਆਸਾ ਮਨਸਾ ਬੰਦੋ ਬਾਰ ਇਹ ਦੋ ਚੀਜ਼ਾਂ ਹੁੰਦੀਆਂ ਨੇ ਇਹ ਦਰਵਾਜ਼ਾ ਬੰਦ ਦਾ ਮਤਲਬ ਸੀਗਾ ਵੀ ਇਹ ਖਾਸ਼ਾਂ ਸਾਰੀ ਜ਼ਿੰਦਗੀ ਚੱਲਦੀਆਂ ਨੇ ਇਹਨਾਂ ਖਾਸ਼ਾਂ ਕਰਕੇ ਸਿੱਖੀਆਂ ਤੇ ਜੀਵਨ ਜਿਹੜਾ ਮਿਲਿਆ ਤੁਸੀਂ ਪੁੱਛਿਆ ਹੈ ਉਹ ਮਹਾਰਾਜ ਕਹਿੰਦੇ ਜਦੋਂ ਅਸੀਂ ਨਾਮ ਜਪਾਂਗੇ ਵਾਹਿਗੁਰੂ ਜੀ ਨੂੰ ਯਾਦ ਕਰਾਂਗੇ ਉਹ ਖਾਸ਼ਾਂ ਨੂੰ ਸ਼ਾਂਤ ਕਰਦਾ ਹੈ ਤੇ ਜਿਹੜੀ ਤ੍ਰਿਸ਼ਨਾ ਵੀ ਪੂਰੀ ਆਖੋਵੇ ਦਿਨੇ ਰਾਤ ਉਹਨੂੰ ਰਜਾ ਵਿੱਚ ਬਦਲਦਾ ਹੈ ਕੰਮ ਸਾਰੇ ਹੋ ਹੀ ਕਰਨੇ ਹੁੰਦੇ ਨੇ ਜੋ ਅਸੀਂ ਕਰਦੇ ਆਂ ਪਰ ਉਹਦੇ 'ਚ ਇੱਕ ਸੰਤੁਸ਼ਟੀ ਸੈਟਿਸਫੈਕਸ਼ਨ ਵੀ ਜੋ ਮੇਰੇ ਕੋਲ ਹੈ ਨਾ ਉਹ ਸਾਰਾ ਕੁਝ ਠੀਕ ਹੈ ਉਹ ਰੱਬ ਨਾਲ ਜੁੜਨ ਤੋਂ ਬਗੈਰ ਨਹੀਂ ਹੋ ਸਕਦਾ ਜੀ